ਅਸੀਂ ਐਜੂਕੇਸ਼ਨ ਤੇ ਹੈਲਥ ਦੇ ਮਾਮਲੇ ਤੇ ਗਰੰਟੀਆਂ ਦਿੱਤੀਆਂ। ਪਹਿਲੀ ਵਾਰ ਹੋਇਆ ਕਿ 16% ਬਜਟ ਸਿੱਖਿਆ ਦਾ ਹੋ ਗਿਆ, 22% ਹੈਲਥ ਦਾ ਹੋ ਗਿਆ। ਆਉਣ ਵਾਲੇ ਦਿਨਾਂ ਤੁਹਾਨੂੰ ਬਹੁਤ ਕਮਾਲ ਦੇ ਚੰਗੇ ਚੰਗੇ ਪਿੰਡ ਕਲੀਨਿਕ, ਮਹੱਲਾ ਕਲੀਨਿਕ, ਹਸਪਤਾਲ, ਮੈਡੀਕਲ ਕਾਲਜ ਮਿਲਣਗੇ। ਸਾਡੀ ਸਰਕਾਰ ਇਹੀ ਗਰੰਟੀਆਂ रेलवे कनेक्टिविटी है, पता नहीं की कारण है कि रेलवे कनेक्टिविटी बठिंडे जाना हो जलंधर तो इस पास की सरकार का ध्यान है, इस पास रूट बताए जाने सब कुछ। माझे का ट्रांसपोर्ट मिनिस्टर ਇਹ ਕਿਵੇਂ ਹੋ ਸਕਦਾ ਕਿ ਉਹ ਤਰਨ ਤਰਨ ਪੱਟੀ ਤੋਂ ਬਠਿੰਡੇ ਨੂੰ ਬੱਸਾਂ ਨਾ ਚਲਾਵੇ? ਸੋ ਮੇਰੇ ਵੱਲੋਂ ਉਹਨਾਂ ਨੂੰ 5 ਮੈਂਬਰ ਕੱਲ੍ਹ ਬਣੇ ਨੇ, ਮੇਰੇ ਖਿਆਲ 'ਚ ਉਹਨਾਂ ਦੇ ਅਹੁਦੇ ਵੀ ਅਨਾਊਂਸ ਹੋ ਗਏ ਹੋਣਗੇ। ਮੈਂ ਕਰਕੇ ਆਇਆ, ਸਾਈਨ ਕਰਕੇ ਆਇਆ। ਮੈਂ ਸਾਰਿਆਂ ਨੂੰ ਬੈਸਟ ਵਿਸ਼ਿਸ ਦਿੰਦਾ, ਬਸ ਇਹੀ ਕਹਿਣਾ ਕਿ ਜੋ ਪੰਜਾਬ ਦੇ ਲੋਕਾਂ ਨੇ ਸੋਚਿਆ ਵੀ ਯਾਰ ਚਲੋ ਯਾਰ ਇਹਨਾਂ ਦੋਨਾਂ ਤੋਂ ਪਹਿਰਾ ਛਡਾਈਏ ਜਾਂ ਨਵਿਆਂ ਨੂੰ ਲੈ ਕੇ ਆਈਏ, ਤਾਂ ਉਮੀਦਾਂ ਬਹੁਤ ਜ਼ਿਆਦਾ ਵੱਧ ਗਈਆਂ, ਜ਼ਿੰਮੇਵਾਰੀਆਂ ਵੀ ਵੱਧ ਗਈਆਂ, ਤਾਂ ਉਹਨਾਂ ਉਮੀਦਾਂ ਤੇ ਪੂਰੇ ਉਤਰਨਗੇ। ਮੈਨੂੰ ਉਮੀਦ ਹੈ ਹਰੇਕ ਮਹਿਕਮੇ ਦਾ ਮਿਨਿਸਟਰ ਜਿਹੜਾ ਵੀ ਜਿਹਨੂੰ ਕਿਹੜਾ ਮਹਿਕਮਾ ਮਿਲੂਗਾ, ਜੇ ਉਹਦੇ ਪੈਨ ਨਾਲ ਸਾਈਨ ਕਰਨ ਨਾਲ ਕਿਸੇ ਘਰ 'ਚ ਚੁੱਲ੍ਹੇ 'ਚ ਅੱਗ ਬਲਦੀ ਹੈ ਜਾਂ ਕਿਸੇ ਜ਼ਿੰਦਗੀ ਬਚਦੀ ਹੈ, ਤਾਂ ਮੈਨੂੰ ਲੱਗਦਾ ਇਹ ਤੋਂ ਵੱਡਾ ਕੋਈ ਕੋਲ ਨਹੀਂ। थोड़ा जा सिर इधर रख लो, कोई गल नहीं, थोड़ा जा प्लीज रिकॉर्ड हो। जे एमएलए नहीं बनना, जे एमएलए बनना तो पता होना चाहिए कि तनखा है, उस जॉब अप्लाई कर रहे हो जी, जॉब तनखा पसंद नहीं, होर काम कर लो, पोल्ट्री फार्म का काम कर लो, मेरे काम पे ने एमएलए तनखा मिलूगी, जे नहीं कोई पेंशन लो एक्ट पास हो।